ਸਰੋਤਰ ਗੱਲ ਸੁਣਨ ਮੇਰੀ ਜੀ ਅੱਬਾ ਜੀ ਇੱਕ ਮੱਛੀ ਜਲ ਗੰਦਾ ਕਰਦੀ ਇੱਕ ਮੱਛੀ ਫੜਨੀ ਆਪਾਂ ਆਏ ਤੇਰੀ ਕਦੀ ਅਕਲ ਹੁੰਦਾ ਨਾ ਤੇਰੀ ਵਜ੍ਹਾ ਤੂੰ ਹੁਣ ਮੇਰੀ ਸੁਣ ਸਾਡਾ ਮਾਲ ਗਿਆ ਸਾਡੀ ਹਰ ਸ਼ਾਇ ਗਈ ਆ ਤੇ ਸਲਾਬ ਆਇਆ ਤੇ ਹਰ ਚੀਜ਼ ਜਾਣੀ ਸੀ ਇਹਦੇ ਚ ਅਕਲ ਨਹੀਂ ਕਿਹੜੀ ਗੱਲ ਹੈ ਬਾਈ ਹਾਂ ਤੈਨੂੰ ਬਿਮਾਰੀ ਪਵੇ ਤੇਰੀ ਵਜ੍ਹਾ ਤੂੰ ਤੇਰੀ ਗਲਤੀ ਤੂੰ ਗਲਤ ਕਦਮ ਤੋਂ ਉਠਾਇਆ ਉਹਦੀ ਵਜ੍ਹਾ ਤੂੰ ਮੇਰੇ ਪੱਲੇ ਕੇ ਰਿਹਾ ਹੁਣ ਮੇਰੇ ਕੋਲ ਇੱਥੇ ਅਸੀਂ ਨਹੀਂ ਰਹਿ ਸਕਦੇ ਮੇਰੇ ਕੋਲ ਕਿ ਨੰਬਰ ਨੰਬਰ ਆ ਪ੍ਰਾਪਰਟੀ ਡੀਲਰ ਦਾ ਅੱਛਾ 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 ਕੀ ਕਰ ਉਹਦੇ ਨਾਲ ਗੱਲ ਕਰਨੀ ਮੇਰੇ ਪੁੱਤਰ ਲੋਡ ਕਰਵਾਉਣ ਹੁੰਦੇ ਓਏ ਪਾਗਲ ਉਹ ਮਰਨੇ ਹੋਇਆ ਇਲਾਕਾ ਸਾਡਾ ਖਤਮ ਵੇਖ ਕਰ ਸਕੇ ਉੱਥੇ ਅਸੀਂ ਨਹੀਂ ਰਹਿ ਸਕਦੇ ਬਾਰਿਸ਼ ਆਈ ਤੇ ਭੇਕ ਤੇ ਹੋਣਾ ਹੀ ਸੀ ਫਿਰ ਤੇ ਨਾਲ ਕੇ ਮਾਮਾ ਸ਼ਬਾਈ ਗਲਤ ਕੀਤਾ ਨਾ ਕਰਾ ਮੈਂ ਕਾਲ ਮਿਲੈਂਦਾ ਪ੍ਰਾਪਰ ਡੀਲਰ ਨੂੰ ਆ ਨੰਬਰ ਉਹਦਾ ਮੇਰੇ ਕੋਲ ਵਧਾ ਆਈ ਇਤ ਮਿਲਾ ਕੇ ਉਹਦੇ ਨਾਲ ਗੱਲ ਕਰਨ ਦਾ ਜਗ੍ਹਾ ਹੋਰ ਲੈਨੇ ਆ ਕਾਈ ਕੋਠੀ ਲੈਸਾ ਜਿੱਥੇ ਦੁਆ ਦੋ ਹਸਨ ਜੰਗਲੇ ਪੂਰਾ ਸੇ ਕੈਦ ਕੋਈ ਗਲਤੀ ਨਾ ਹੋਸੀ ਮੇਰੀ ਗੱਲ ਕਰਵਾ ਦੇ ਆਹਾ ਤੇਰੀ ਤਾਂ ਕਰਾਈ ਤਾਂ ਮੋੜ ਕੋਠੀ ਵੀ ਗਈ ਉਹਨੂੰ ਕਹਿਣਾ ਪਾਈਏ ਜਲੇਬੀਆਂ ਲਈ ਆਵੇ ਲਾਣਾ ਤੇ ਤੇਰੇ ਉੱਤੇ ਬੇਵਕੂਫ ਕਈ ਨਹੀਂ ਲਾਰਾ ਹੈਲੋ ਹੈਲੋ ਹਾਂਜੀ ਭਾਈ ਜਾਨ ਤੁਹਾਡਾ ਨੰਬਰ ਮਿਲਿਆ ਜੀ ਭਾਈ ਤੁਸੀਂ ਕੋਠੀ ਕਿਰਾਏ ਤੇ ਦੇਵਣੀ ਹੈ ਕੋਠੀ ਮੇਰੀ ਕੋਠੀ ਹਾਂ ਠੀਕ ਹੈ ਹਾਂਜੀ ਹੈਗੀ ਕੋਠੀ ਹੈਗੀ ਯਾਦ ਆ ਗਈ ਨਾ ਬਿਲਕੁਲ ਆ ਗਿਆ ਤੋ ਅਰਜ਼ੇ ਭਾਈ ਕੋਠੀ ਹੋਵੇ ਅੱਛੀ ਸ਼ਹਿਰ ਤੇ ਵੀ ਸ਼ਕਤ ਵਿੱਚ ਨਾ ਹੋਵੇ ਥੋੜੀ ਦੂਰ ਹੋ ਜਾਵੇ ਸਕੂਨ ਚਾਹੀਦਾ ਸਕੂਨ ਇਸ ਤਰ੍ਹਾਂ ਕਰੋ ਜਿਹੜਾ ਬੰਨ ਨਹੀਂ ਪਿਆ ਬੰਨ ਹਾਂ ਵੇਖਿਓ ਹੋਇਆ ਹਾਂ ਵੇਖਿਓ ਹੋਇਆ ਤੇ ਨਾਲ ਆਪਣਾ ਬੰਨਾ ਜਿਹਾ ਹੋਏਗਾ ਇੱਕ ਵੱਡਾ ਸਾਰਾ ਹਾਂ ਹਾਂ ਹੇ ਉਹ ਤੁਰੇ ਆਓ ਸਿੱਧੇ ਅੱਛਾ ਠੀਕ ਹੈ ਜੀ ਆਜੋ ਤੇ ਬਾਕੀ ਦੀ ਗੱਲ ਉਸਾਈ ਹੋ ਸੀ ਉੱਥੇ ਹੋਏਗੀ ਆਜੋ ਅੱਛਾ ਠੀਕ ਹੈ ਮਿਹਰਬਾਨੀ ਤੇ ਇੱਥੇ ਹੀ ਕਰ ਲੈਂਦੇ ਬਾਕੀ ਦੀ ਗੱਲ ਉੱਥੇ ਕੀ ਕਰਨੀ ਸੀ ਇੱਥੇ ਰਹਿੰਦੀ ਹੈ ਤੈਨੂੰ ਤਮੀਜ਼ ਨਹੀਂ ਤੈਨੂੰ ਮੈਂ ਬੰਨੂਆ ਕਿਸੇ ਉਸ ਇਲਾਕੇ ਜਿੱਥੇ ਜੰਗਲ ਹੋ ਸੀ ਸਕੂਨ ਹੋ ਸੀ ਜਾਂ ਸਕੂਨ ਕਬਰਗੁਸਤਾਨ ਹੁੰਦਾ ਤੇ ਜਾਂ ਤੈਨੂੰ ਉੱਥੇ ਪੁਰੇ ਸਾਂ ਤੋਏ ਮੈਨੂੰ ਬਰਬਾਦ ਕੀਤਾ ਤੋਏ ਗੰਦੀ ਔਲਾਦ ਗੰਦੇ ਨਸਲ ਦਾ ਵਾਕਈ ਵਾਕਈ ਗੰਦੀ ਨਸਲ ਚਲੋ ਕਿੱਧਰ ਚੱਲਣੇ ਬੰਨੇ ਤੇ ਆ ਜਾ ਆਏ ਬੰਨੇ ਤੇ ਜਾ ਰਹੇ ਆ ਬਾਜੀ ਆਪਾਂ ਕਿਤੇ ਮੋਟਰਵੇ ਤੇ ਜਾ ਰਹੇ ਆ ਅਸਲਾਮ ਵਾਲੇਕੁਮ ਭਾਈ ਜਾਨ ਵਾਲੇਕੁਮ ਸਲਾਮ ਹਾਂਜੀ ਕੋਈ ਗੱਲ ਕੰਮ ਦੀ ਵੀ ਕਰਿਆ ਕਰੋ ਇਸ ਬੰਦੇ ਦੇ ਮਗਰ ਮੇਰਾ ਇਹ ਪੁੱਤਰ ਅੱਛਾ ਇਹਦੇ ਮਗਰ ਸੌ ਪਿਆ ਜ਼ਲੀਲ ਅੱਛਾ ਗੱਲ ਹੈ ਰਾਜ ਦੀ ਹੋ ਗਿਆ ਸ਼ੁਰੂ ਅੱਛਾ ਰਾਜ ਦੀ ਤੇ ਤੁਸਾਂ ਮਿਹਰਬਾਨੀ ਕਰਨੀ ਹੈ ਅਸਾਂ ਉਹ ਪਿਛਲੇ ਜਾ ਹਰ ਸ਼ਾ ਵਿੱਚ ਤੜਕੇ ਖਲਿਆ ਅੱਛਾ ਸਾਨੂੰ ਦੇ ਕੋਠੀ ਠੀਕ ਹੈ ਇਹਦੇ ਵਿੱਚ ਜਿਹੜੇ ਕਿ ਕੋਠੇ ਬਾਵੇਂ ਕੰਮ ਹੋਵੇ ਠੀਕ ਹੈ ਚਬਾਰਾ ਉੱਤੇ ਹੋਏ ਯਾਰ ਕੋਠੀ ਆਪਣੇ ਕੋਲ ਹੈ ਬਰਲ ਵਸੋ ਤੇ ਨਾ ਹੋਵੇ ਮਾਰਬਲ ਲੱਗਿਆ ਹੋਏ ਕੱਲੀ ਜਗ੍ਹਾ ਤੇ ਹੋਵੇ ਸਕੋ ਨਹੀਂ ਹੋਵੇ ਕੱਲੀ ਜਗ੍ਹਾ ਤੇ ਚੰਦ ਕੱਲੀ ਜਗ੍ਹਾ ਤੇ ਬਸ ਤੇ ਇਸ ਤਰ੍ਹਾਂ ਕਰੋ ਨਾ ਜੀ ਭਾਈ 40,000 ਰੁਪਏ ਕਿਰਾਇਆ ਲਵਾਂਗਾ ਅੱਛਾ ਕੋਈ ਚੀਜ਼ ਤੁਹਾਡੇ ਕੋਲ ਆਵੇ ਜਾਵੇਗੀ ਨਹੀਂ ਮੇਰੀ ਗਰੰਟੀ ਹੋਈ ਅੱਛਾ ਕੋਠੀ ਦੇ ਵਿੱਚ ਸਹੂਲਤਾਂ ਕੀ ਹਨ ਉਹ ਤੁਸੀਂ ਆਪ ਹੀ ਫਰਾਮ ਕਰਨੀਆਂ ਨੇ ਕੋਠੀ ਤੁਹਾਨੂੰ ਦੇ ਦਿਆਂਗਾ ਤੁਹਾਨੂੰ ਮਜ਼ਾ ਆਏਗਾ ਕੋਠੀ ਫਰਾਮ ਕੀ ਕਰਨੀ ਅਸੀਂ ਮੋਟਰ ਦੀ ਜਗ੍ਹਾ ਤੇ ਨਲਕਾ ਲਾ ਦੇ ਫਰਾਮ ਕਰਨੀ ਆ ਭਾਜੀ ਤੁਹਾਨੂੰ 40,000 ਕਿਰਾਇਆ ਕਿਹਾ ਆਹੋ ਠੀਕ ਕੋਠੀ ਤੁਹਾਨੂੰ ਮਿਲ ਜਾਏ ਕੋਠੀ ਐਵੇਂ ਹੋਏਗੀ ਨਹੀਂ ਸਾਨੂੰ ਕੋਈ ਦੱਸ ਨਾ ਭਾਜੀ ਤੁਸੀਂ ਵੇਖ ਕੇ ਤੁਹਾਡੇ ਤੋਤੇ ਉੱਡ ਜਾਣਗੇ ਫਿਰ ਸਹੀ ਹੈ ਹੋਰ ਇਹ ਤੁਸੀਂ ਉੱਥੇ ਪਾਣੀ ਦੀ ਗੱਲ ਕਰਦੇ ਹੋ ਹਾਂ ਚਾਰ ਤੇ ਫੇਰ ਤੁਸੀਂ ਕਹਿਣਾ ਹੈ ਪਾਣੀ ਮਜ਼ੇ ਹੋਣੇ ਨੇ ਉੱਥੇ ਸਵੀਮਿੰਗ ਪੂਲ ਹੋਣੇ ਨੇ ਇਹ ਗੱਲ ਸਮਝਦਾ ਕਿਰਾਇਆ ਭਾਈ 40,000 ਲੈਣਾ ਯਾਰ 40,000 ਤੂੰ 50 ਲੈ ਲਾ ਅੱਛਾ ਸਕੂਨ ਹੋਵੇ ਤੇ ਜਗ੍ਹਾ ਚੰਗੀ ਹੋਵੇ ਕੋਠੀ ਅੱਛੀ ਹੋਵੇ ਪੈਸੇ ਦਿਓ ਹਾਂ ਆਪਣਾ ਚਾਰਾ ਹੀ ਸੰਭਾਲ ਲਓ ਸਬਜ਼ਾ ਓ ਯਾਰ ਸਬਜ਼ਾ ਹਾਂ ਚਾਰ ਚਫੇਰ ਹਰਿਆਲੀ ਸਾਰੀ ਮੈਂ ਕਹਿੰਦਾ ਘਾਬਰਦਾ ਕਿਉਂ ਹੈ ਤੂੰ ਵਾਹ ਆ ਜਾ ਕੀ ਬਾਤ ਇੱਥੇ ਹੀ ਰੋਕਦੇ ਸਾਨੂੰ ਨਹੀਂ ਤਾਂ ਬੁਖਾਰ ਹੋ ਜਾਣਾ ਇੱਥੇ ਗੱਲ ਸੁਣ ਮੇਰੀ ਹੈ ਭਾਈ ਸੇ ਆਪਣੇ ਤੋਂ ਖਰੇ ਕਰ ਲੈ ਪੈਸੇ ਮੇਰੇ ਕੋਲ ਆ ਗਿਆ ਤੁਹਾਡਾ 45,000 ਤੋ ਤੁਰ ਕੇ ਸਰ ਥਕਾਈ ਕਲਾ ਹੈ ਉਹ ਕੋਠੀ ਏ ਕਿੱਥੇ 45,000 ਰੁਪਇਆ ਤੁਹਾਡਾ ਆ ਗਿਆ ਮੇਰੇ ਕੋਲ ਹਾਂ ਕਿਰਾਇਆ ਮੈਨੂੰ ਹਰ ਮਹੀਨੇ ਟਾਈਮ ਤੇ ਟਾਈਮ ਯਾਰ ਉਹ ਦਿਸਾ ਆਏ ਮੇਰਾ ਦਿਲ ਖੁਸ਼ ਹੋਇਆ ਮੈਂ ਤੁਹਾਨੂੰ 40 ਕਿਹਾ ਤੁਸੀਂ ਕਹਿ ਜੀ
जो जो बच्चे ने जो अंदर हो दरवाजा खुला रख दिता जो कि जाना है दरवाजा चक के अगे रख दिता हां जी कोठी है सब्जा वेख लो चारों तरफ पानी भी पिछे सुनीरा पानी पानी है टोए ने वड्डे बीमारी पवे जिवे आख्या है ने सानू भाई कोठी वेख के तुहाडे तोते उड़ जा सर ओए तोते आ ये कोठी है हां ते मेरी यही कोठी थी मैं तन्नू यही देनी थी।